ਪਰ ਆ ਬਾਜ਼ਾਰ ਚ ਤੇ 120 ਨਹੀਂ ਸਰਪਾਰ ਫੀਕ। ਸਿਦਰਾ ਤਾਜ਼ੀ ਤੇ ਨਹੀਂ ਹੈ। बिस्मिल्लाहिर्रहमानिर्रहीम, अस्सलाम अलैकुम। क्या हाल चाल है आप सबका? तो उर्दू का दौरा पै गया मैनू, मैं बाजारों हूँ कि आई हाँ तो किचन च आके बह गई हाँ। ਮੈਂ ਕਿਹਾ ਮੈਂ ਬਾਜ਼ਾਰੋਂ ਦਿਖਾਵਾਂ ਤੁਹਾਨੂੰ ਮੈਂ ਕੀ ਲੈ ਕੇ ਆਈ ਹਾਂ। ਸਬਜ਼ੀ ਲੈ ਕੇ ਆਈ ਹਾਂ ਔਰ ਸੱਚੀ ਪੁੱਛੋ ਨਾ ਤਾਂ ਕੁਛ ਵੀ ਪਕਾਉਣ ਨੂੰ ਮੇਰਾ ਦਿਲ ਨਹੀਂ ਕਰ ਰਿਹਾ। ਮੇਰੀ ਤਬੀਅਤ ਜਿਹੜੀ ਹੈ ਨਾ ਬੜੀ ਹੀ ਮੈਨੂੰ ਐਵੇਂ ਆਵਾਜ਼ਾਰ ਜਿਹੀ ਜਿਹੜੀ ਹੈ ਨਾ ਉਹ ਲੱਗ ਰਹੀ ਹੈ। ਅਤੇ ਲੈ ਤਾਂ ਆਈ ਹਾਂ ਸਬਜ਼ੀਆਂ ਮੈਂ ਔਰ ਫਿਰ ਦਿਲ ਕਰ ਰਿਹਾ ਕੀ ਪਕਾਉਣਾ ਹੈ ਕੀ ਖਾਣਾ ਹੈ ਕੋਈ ਸਮਝ ਨਹੀਂ ਆ ਰਹੀ। ਅਤੇ ਮੈਂ ਕਿਹਾ ਬਈ ਮੇਰੇ ਭੈਣ ਭਰਾ ਮੇਰੇ ਵਾਸਤੇ ਇੰਨੇ ਪਰੇਸ਼ਾਨ ਹੁੰਦੇ ਨੇ ਇੰਨੀਆਂ ਦੁਆਵਾਂ ਕਰਦੇ ਨੇ ਅਤੇ ਮੈਂ ਵਿੱਚ ਆ ਗਈ ਸੀ ਜੀ ਫੋਨ ਕਾਲ ਮੈਂ ਉਹ ਸੁਣਨ ਲੱਗ ਗਈ। ਅਤੇ ਵਾਕਈ ਵੈਸੇ ਮੇਰੇ ਮੂੰਹ 'ਤੇ ਨਾ ਬਹੁਤ ਜ਼ਿਆਦਾ ਸਵੈਲਿੰਗ ਹੋਈ ਹੋਈ ਹੈ ਔਰ ਸਮਝ ਨਹੀਂ ਆ ਰਹੀ। ਤੁਸੀਂ ਕਹੋ ਕਿ ਬਾਜੀ ਵੀ ਬਿਮਾਰੀਆਂ ਦੀ ਮਾਰੀ ਹੋਈ ਸਮਝ ਰਹੀ ਹੈ ਕੀ ਕਰੇ ਇਨਸਾਨ। ਅਤੇ ਤਬੀਅਤ ਵਾਕਈ ਬੜੀ ਆਵਾਜ਼ਾਰ ਚਾਹੀਏ ਅਜੀਬ ਚਾਹੀਏ। ਮੈਂ ਸੁਬਹਾ ਦੀ ਉੱਠੀ ਆ ਨਾ ਅਤੇ ਬਸ ਇੱਕ ਕੱਪ ਚਾਏ ਪੀਤਾ ਮੇਰਾ ਦਿਲ ਹੀ ਨਹੀਂ ਕਰ ਰਿਹਾ ਕੁਛ ਖਾਣ ਵਾਸਤੇ। ਅਤੇ ਦਿਖਾਉਂਦੀ ਹਾਂ ਤੁਹਾਨੂੰ ਕੀ ਸਬਜ਼ੀ ਲੈ ਕੇ ਆਈ ਹਾਂ ਮੈਂ। ਦੇਖੋ ਲੈ ਕੇ ਆਏ ਹਾਂ ਜੀ ਅਸੀਂ ਪਿਆਜ਼। ਪਿਆਜ਼ ਜ਼ਰਾ ਸ਼ੁਕਰ ਹੈ ਸਸਤਾ ਹੋਇਆ। ਮੈਨੂੰ ਪਤਾ ਸੀ ਕਿ 120 ਰੁਪਏ ਕਿਲੋ ਹੈ ਜਦਕਿ 140 ਰੁਪਏ ਕਿਲੋ ਪਿਆਜ਼ ਪਏ। ਉਹਨੇ ਕਿਹਾ ਦੇਸੀ ਪਿਆਜ਼ ਹੈ ਔਰ ਮੋਟਾ ਮੋਟਾ ਪਿਆਜ਼ ਹੈ। ਫਿਰ 3 ਕਿਲੋ ਸੀ ਪਿਆਜ਼ ਜਿਹੜਾ ਸੀ ਉਹ ਲੈ ਲਿਆ। ਘਰ ਆ ਕੇ ਯਾਦ ਆਇਆ ਕਿ ਮੈਂ ਕਰੇਲੇ ਨਹੀਂ ਖਰੀਦੇ, ਕਰੇਲੇ ਵੀ ਲੈ ਲੈਂਦੀ ਅਤੇ ਚਲੋ ਉਹ ਛਿੱਲ ਕੱਟ ਕੇ ਤਾਂ ਫਰੀਜ਼ ਕਰ ਲੈਂਦੇ। ਅਤੇ ਇੱਧਰ ਜਨਾਬ ਅਸੀਂ ਲਏ ਨੇ ਨਾਨਕੀ ਸਬਜ਼ੀ ਲਈ ਹੈ, ਨਾਨਕੀ ਸਬਜ਼ੀ ਸਮਝੋ ਕੱਦੂ ਲਏ ਨੇ। ਠੀਕ ਹੈ ਸਾਨੂੰ ਤਾਂ ਦੋ ਕੱਦੂ ਹੀ ਨਹੀਂ ਮੁੱਕਦੇ, ਇੱਕ ਹੀ ਨਹੀਂ ਮੁੱਕਦਾ ਹੈਗਾ। ਚਲੋ ਫਿਰ ਵੀ ਕਿਹਾ ਕਿ ਦੋ ਲੈ ਲਈਏ, ਦੋ ਕੱਦੂ ਲਏ ਨੇ। ਇਹ ਤੋਰੀਆਂ ਲਈਆਂ ਨੇ, ਸ਼ਾਜ਼ੀਆ ਬਾਜੀ ਨੂੰ ਬੜੀਆਂ ਪਸੰਦ ਨੇ ਤੋਰੀਆਂ। ਇਹ ਫਿਰ ਅੱਜ ਉਹਨਾਂ ਦੀ ਯਾਦ 'ਚ ਤੋਰੀਆਂ ਖਰੀਦੀਆਂ ਨੇ। ਮਗਰ ਪਤਾ ਨਹੀਂ ਕਿਉਂ ਮੇਰਾ ਨਾ ਕੁਛ ਵੀ ਕਰਨ ਨੂੰ ਦਿਲ ਨਹੀਂ ਕਰ ਰਿਹਾ, ਨਾ ਕੁਛ ਪਕਾਉਣ ਨੂੰ ਦਿਲ ਕਰ ਰਿਹਾ। ਇਹ ਭਿੰਡੀਆਂ ਲਈਆਂ ਨੇ, ਭਿੰਡੀਆਂ ਵੈਸੇ ਮੈਂ ਜਾਣਾ ਤਾਂ ਸੀ ਉੱਧਰ ਅੰਮੀ ਦੇ ਘਰ ਵੱਲ, ਉੱਧਰੋਂ ਲੈ ਕੇ ਆਉਣੀਆਂ ਸਨ ਤਾਜ਼ੀਆਂ, ਮਗਰ ਹਿੰਮਤ ਹੀ ਨਹੀਂ ਹੋਈ ਉੱਧਰ ਜਾਣ ਦੀ ਮੇਰੀ। ਉੱਧਰੋਂ ਹੁਣ ਕਿਸੇ ਨੂੰ ਕਹਾਂਗੀ ਕੋਈ ਦੇ ਕੇ ਜਾਣਗੇ, ਫਿਰ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੇ ਆਪ ਜਾਵਾਂਗੀ। ਅਤੇ ਇਹ ਲਿਆ ਜੀ ਚਿਕਨ 1 ਕਿਲੋ। ਅਤੇ ਚਿਕਨ ਜਿਹੜਾ ਵੇ ਇਹ ਸਾਨੂੰ ਕੀ ਰੇਟ ਮਿਲਿਆ ਵੇ, ਇਹ ਮਿਲਿਆ ਜੀ 520 ਰੁਪਏ ਕਿਲੋ।
ਸ਼ੁਕਰ ਹੈ ਇਹਦੀ ਕੀਮਤ ਵੀ ਕਿਤੇ ਥੱਲੇ ਆਈ ਹੈ। ਇਹ ਸਾਡੇ ਮਾਮੂ ਜਾਨ ਦੇ ਫੇਵਰੇਟ ਨੇ ਟੀਂਡੇ, ਇਹ ਕਿਲੋ ਲੈ ਲਏ ਸਨ। ਸਿੱਧਰਾਂ ਨੇ ਜਿਹੜੇ, ਅੱਛਾ ਨਿੰਬੂ ਵੀ ਵਿੱਚ ਲਏ ਨੇ, ਨਹੀਂ ਟੀਂਡੇ ਅੱਧਾ ਕਿਲੋ ਨੇ, ਨਾਲ ਨਿੰਬੂ ਵੀ ਲਏ ਨੇ ਕਿਉਂਕਿ ਨਿੰਬੂ ਖਤਮ ਹੋਏ ਸਨ। ਇਹ ਵੀ ਸਬਜ਼ੀ ਇਹਦੇ ਵਿੱਚ ਪਾਵਾਂਗੇ ਟੋਕਰੀ ਦੇ ਵਿੱਚ, ਇਹਨਾਂ ਨੂੰ ਧੋ ਛੋ ਕੇ ਰੱਖਾਂਗੇ, ਅਤੇ ਜਿਹੜੇ ਕੋਈ ਹਿੰਮਤ ਹੋਈ ਫਿਰ ਇਹਨਾਂ ਨੂੰ ਬਣਾ ਲਵਾਂਗੇ। ਇਹ ਧਨੀਆ ਅਤੇ ਪੁਦੀਨਾ ਵੀ ਲੈ ਲਿਆ ਕਿਉਂਕਿ ਅੱਗੇ ਜਾ ਕੇ ਗਰਮੀ ਅੱਜ ਬਾਅਦ ਬਹੁਤ ਜ਼ਿਆਦਾ ਸੀ। ਮੈਂ ਤਾਂ ਅੱਜ ਨਿਕਲੀ ਹਾਂ ਅਤੇ ਮੈਨੂੰ ਪਤਾ ਲੱਗਿਆ ਕਿ ਗਰਮੀ ਕਿੰਨੀ ਹੈ, ਅਤੇ ਅੱਗੇ ਜਾ ਕੇ ਧਨੀਆ ਜਿਹੜਾ ਵੀ ਇਹ ਆਉਣਾ ਬੰਦ ਹੋ ਜਾਏਗਾ। ਸ਼ੋਪਰ ਇਸ ਤਰ੍ਹਾਂ ਨਾ ਫਾੜੇ ਸ਼ੋਪਰ ਡਸਟਬਿਨ ਚਲਾਉਣ ਦੇ ਕੰਮ ਆ ਜਾਂਦਾ। ਇਹ ਪੁਦੀਨਾ ਹੈ, ਧਨੀਆ ਹੈ, ਹਰੀਆਂ ਮਿਰਚਾਂ ਨੇ, ਅਤੇ ਹੋਰ ਇਸ ਤੋਂ ਇਲਾਵਾ ਕੀ ਹੈ ਜੀ, ਇਸ ਤੋਂ ਇਲਾਵਾ ਜਨਾਬ ਆਲੂ ਲਏ ਸਨ 2 ਕਿਲੋ। ਇਹ ਦੇਖੋ ਅੱਗੇ ਜਾ ਕੇ ਆਲੂ ਵੀ ਪਿੱਠੇ ਆਉਣ ਲੱਗ ਜਾਣਗੇ, ਫਿਰ ਬਲੈਕਮੇਲਿੰਗ ਸ਼ੁਰੂ ਹੋ ਜਾਏਗੀ। ਬਈ ਨਮਕੀਨ ਆਲੂ ਜਿਹੜੇ ਨੇ ਉਹ 200 ਰੁਪਏ ਕਿਲੋ ਨੇ, ਅਤੇ ਮਿੱਠੇ ਆਲੂ 50 ਰੁਪਏ ਕਿਲੋ ਨੇ। ਇਹ ਕੁਛ ਹੀ ਹੁੰਦਾ ਸਾਡੇ ਮੁਲਕ 'ਚ, ਪਤਾ ਨਹੀਂ ਗਰੀਬ ਵਿਚਾਰਾ ਕਦੋਂ ਸੁੱਖ ਦਾ ਸਾਹ ਲਏਗਾ। ਹਰ ਕੋਈ ਆਪਣੇ ਪੇਟ 'ਤੇ ਹੱਥ ਮਾਰਦਾ, ਆਪਣਾ ਆਪ ਹੀ ਨਜ਼ਰ ਆਉਂਦਾ ਵੈਸੇ ਲੋਕਾਂ ਨੂੰ ਨਾ, ਅਤੇ ਹੋਰ ਕੁਛ ਨਹੀਂ ਨਜ਼ਰ ਆਉਂਦਾ। ਮੈਂ ਕਿਹਾ ਜੀ ਇਹ ਫਿਰ ਇਹ 'ਤੇ ਲੱਗੀਆਂ ਡੈਣਾਂ ਵੀ ਤੁਹਾਨੂੰ ਵਿਖਾ ਦਾਂ, ਇਹ ਵੀ ਸਾਡੇ ਸਿਰ 'ਤੇ ਖਲੋਤੀਆਂ ਹਨ, ਇਲਾਜ ਹੀ ਲਈਆਂ ਨੇ, ਕੀ ਕਰੀਏ ਫਿਰ। ਹਾਂਜੀ, ਅਤੇ ਕਮਰੇ 'ਚ ਮੈਂ ਆ ਗਈ ਹਾਂ, ਪੱਖਾ ਵੀ ਚਲਾਈਏ ਹੁਣ, ਅਤੇ ਤਸ਼ਰੀਫ ਦਾ ਟੋਕਰਾ ਰੱਖੀ ਆ ਆਪਣੇ ਕਮਰੇ ਦੇ ਵਿੱਚ। ਨਹੀਂ ਮੇਰੀ ਮਾਂ, ਇਹ ਮਾਂ ਹਰ ਗੱਲ 'ਤੇ ਯਾਦ ਆਉਂਦੀ ਹੈ। ਹਾਏ ਨਹੀਂ ਮੇਰੀ ਮਾਂ, ਹਾਏ ਨਹੀਂ ਮੇਰੀ ਮਾਏ, ਮਾਏ ਨਹੀਂ ਮੈਂ ਕਿਹਨੂੰ ਆਖਾਂ, ਸਹੀ ਗੱਲ ਹੈ, ਕਿਹਨੂੰ ਆਖਾਂ ਜਾ ਕੇ। ਅੱਜ ਮੈਂ ਲੇਟੀ ਪਿਛਲੀਆਂ ਗੱਲਾਂ ਪਈ ਯਾਦ ਕਰਾਂ ਕਿ ਕਿੱਡੇ ਸੋਹਣੇ ਉਹ ਦਿਨ ਸਨ ਜਦੋਂ ਨਾ ਮੋਬਾਈਲ ਹੁੰਦਾ ਸੀ, ਨਾ ਘਰਾਂ 'ਚ ਫੋਨ ਹੁੰਦਾ ਸੀ, ਡਾਕੀਆ ਖਤ ਲੈ ਕੇ ਆਉਂਦਾ ਸੀ ਅਤੇ ਖੁਸ਼ੀ ਦੀ ਇੰਤਹਾ ਨਹੀਂ ਸੀ ਰਹਿੰਦੀ ਹੁੰਦੀ ਕਿ ਖਾਲਾ ਦਾ ਖਤ ਆਇਆ ਜਾਂ ਬਾਜੀਤੀਆ ਦਾ ਖਤ ਆਇਆ। ਫੋਨ ਨਾਮ ਦੀ ਚੀਜ਼ ਨਹੀਂ ਸੀ ਹੁੰਦੀ, ਅਤੇ ਉਸ ਤੋਂ ਟ੍ਰਿਪਲ ਖੁਸ਼ੀ ਹੁੰਦੀ ਸੀ ਜਦੋਂ ਅਚਾਨਕ ਘਰ ਦੇ ਵਿੱਚ ਨਾ ਮਹਿਮਾਨ ਆ ਜਾਂਦੇ ਸਨ, ਬੜਾ ਚੰਗਾ ਲੱਗਦਾ ਸੀ। ਸਿੱਧਰਾ ਉਹ ਬਿੰਡੀਆਂ ਧੋ ਕੇ ਨਾ ਉਹਨਾਂ ਨੂੰ ਸੁੱਕਣੇ ਪਾ ਵੇਖਦੇ ਹਾਂ, ਫਿਰ ਉਹ ਪਕਾਉਂਦੇ ਹਾਂ, ਅਜੇ ਮੇਰਾ ਦਿਲ ਹੀ ਨਹੀਂ ਕਰ ਰਿਹਾ ਕੁਛ ਪਕਾਉਣ ਵਾਸਤੇ, ਪਤਾ ਨਹੀਂ ਅਜੀਬ ਜਿਹੀ ਤਬੀਅਤ, ਇੰਝ ਨਾ ਅੰਦਰ ਬੁਖਾਰ ਜਿਹਾ। ਅੱਛਾ ਕਾਫੀ ਦੇਰ ਹੋ ਗਏ ਨੇ ਮੇਰਾ ਬੁਖਾਰ ਜਿਹੜਾ ਨਾ ਉਹ ਨਹੀਂ ਜਾ ਰਿਹਾ, ਥਰਮਾਮੀਟਰ ਲਾ ਕੇ ਚੈੱਕ ਕਰਨੀ ਆ ਅਤੇ ਜਿਹੜਾ ਨਾ ਉੱਤੇ ਆਉਂਦਾ ਹੈ ਕਿ ਬੁਖਾਰ ਹੈ, ਬਲਕਿ ਆਓ ਹਾਂ ਚੈੱਕ ਕਰੀਏ ਕਿ ਕਿੰਨਾ ਕੁ ਬੁਖਾਰ ਹੈ, ਦੇਖੀਏ ਨਾ ਤਾਂ ਕਿਸੇ ਮੇਰਾ ਅਤੇ ਡਾਕਟਰਾਂ ਦੇ ਕੋਲ ਵੀ ਜਾਣ ਨੂੰ ਦਿਲ ਨਹੀਂ ਕਰਦਾ। ਅਜੀਬ ਜਿਹੀ ਸਿਚੁਏਸ਼ਨ ਹੋਈ ਹੈ, ਦਵਾਈਆਂ ਖਾ ਖਾ ਕੇ ਅਜ਼ਾਬ ਵਿੱਚ ਆ ਗਿਆ ਬੰਦਾ। ਇਹ ਇੱਥੇ ਵੇਖੋ ਨਾ, ਇਹ ਮੇਰੀ ਖੁਰਾਕ ਹੈ ਅੱਖਾਂ ਦੀ, ਖਾਣ ਵਾਲੀਆਂ ਦਵਾਈਆਂ ਮੇਰੀਆਂ ਜਿਹੜੀਆਂ ਨੇ ਉਹ ਵੱਖਰੀਆਂ ਨੇ, ਅਤੇ ਗੱਲ ਕਰ ਰਹੀ ਸਾਂ ਮੈਂ ਤੁਹਾਡੇ ਨਾਲ
ਕਿ ਉਹ ਵੇਲੇ ਬੜੇ ਹੀ ਚੰਗੇ ਹੁੰਦੇ ਸਨ। ਅੱਜ ਤਾਂ ਮਹਿਮਾਨ ਫੋਨ ਕਰਕੇ ਵਿਚਾਰੇ ਪਹਿਲਾਂ ਪੁੱਛਦੇ ਨੇ ਵੀ ਆ ਜਾਈਏ, ਤੁਹਾਡੇ ਕੋਲ ਟਾਈਮ ਹੈ ਵੇ ਹੈ। ਅਤੇ ਇਹੋ ਜਿਹੇ ਲੋਕਾਂ ਨੂੰ ਮਿਲਣ ਨਾਲ ਬਿਹਤਰ ਹੈ ਜਿਨ੍ਹਾਂ ਨੂੰ ਟਾਈਮ ਪੁੱਛ ਕੇ ਜਾਣਾ ਹੋਏ ਨਾ। ਇਹ ਵੇਖੋ ਜੀ, ਸਾਡੇ ਦੇਸੀ ਘਿਓ ਦੀਆਂ ਖੁਰਾਕਾਂ, ਇਹ ਅਤੇ ਇਹਦੇ 'ਚ ਦਵਾਈਆਂ ਪਾ ਕੇ ਰੱਖੀਆਂ ਨੇ, ਮੈਨੂੰ ਉਂਝ ਤਾਂ ਭੁੱਲ ਜਾਂਦਾ ਵੇ। ਚਲੋ ਜਿਹੜਾ ਨਾ ਬੰਦੇ ਨੂੰ ਯਾਦ ਰਹਿੰਦਾ। ਅਤੇ ਇਹ ਮੈਂ ਵਿੱਚੋਂ ਡਰਾਅ 'ਚੋਂ ਕੱਢਿਆ ਥਰਮਾਮੀਟਰ, ਜ਼ਰਾ ਚੈੱਕ ਕਰਨੇ ਆ ਕੀ ਸੂਰਤ ਹਾਲ ਹੈ ਤੁਹਾਡੀ ਬਾਜੀ ਜਾਨ ਦੀ। ਇਹ ਕੁੜੀਏ ਅੱਜ ਡਸਟਿੰਗ ਨਹੀਂ ਕੀਤੀ ਕਮਰੇ 'ਚੋਂ। ਅਤੇ ਇਹੋ ਜਿਹੇ ਲੋਕਾਂ ਨੂੰ ਮਿਲਣਾ ਨਹੀਂ ਚਾਹੀਦਾ ਜਿਨ੍ਹਾਂ ਨੂੰ ਟਾਈਮ ਪੁੱਛ ਕੇ ਜਾਓ। ਇਹ ਅਸੀਂ ਆਪ ਹੀ ਇਹ ਲੋਕਾਂ ਨੇ ਫੈਸ਼ਨ ਬਣਾ ਲਿਆ ਕਿ ਟਾਈਮ ਪੁੱਛੋ ਅਤੇ ਪੁੱਛ ਕੇ ਜਾਓ। ਪਰ ਆਪਣੇ ਕਰੀਬੀ ਰਿਸ਼ਤੇ ਹੀ ਹੁੰਦੇ ਨੇ ਮਾਂ ਪਿਓ, ਜਿਨ੍ਹਾਂ ਨੂੰ ਇੰਤਜ਼ਾਰ ਹੁੰਦਾ ਵੇ ਆਪਣੀਆਂ ਧੀਆਂ ਦਾ, ਆਪਣੀਆਂ ਔਲਾਦਾਂ ਦਾ, ਪਰ ਆਇਆ ਕਿਸੇ ਨੂੰ ਨਹੀਂ ਜੇ ਇੰਤਜ਼ਾਰ ਹੁੰਦਾ। ਅਤੇ ਇਹ ਦੇਖੋ ਜੀ, ਇਹਨੂੰ ਔਨ ਕਰਨੇ ਆ, ਠੀਕ ਹੈ। ਅਤੇ ਹੁਣ ਇਹਨੂੰ ਮੈਂ ਇਹ ਉੱਤੇ ਹੁਣ ਕੀ ਆ ਗਿਆ, ਚਲ ਫਿਰ ਕਰੀਏ। ਹੁਣ ਇਹਨੂੰ ਰੱਖਦੇ ਹਾਂ ਜੀ, ਜਿਹੜਾ ਵੀ ਅੰਡਰ ਆਰਮ। ਇਹਦੇ ਨਾਲ ਤੁਹਾਨੂੰ ਇੱਕ ਹਾਸੇ ਵਾਲੀ ਨਾ ਗੱਲ ਵੀ ਸੁਣਾਵਾਂ। ਇੱਕ ਵਾਰੀ ਕੀ ਹੋਇਆ ਕਿ ਅੱਜ ਪਤਾ ਨਹੀਂ ਕੀ ਕੀ ਬੌਂਗੀਆਂ ਮਾਰਨ ਡਈਆਂ, ਪਿਛਲੀ ਗੱਲ ਵੀ ਤੁਹਾਨੂੰ ਪੂਰੀ ਸੁਣਾਈ ਕਿ ਨਹੀਂ ਸੁਣਾਈ। ਇੱਕ ਵਾਰੀ ਨਾ ਮੈਨੂੰ ਬਹੁਤ ਟੈਂਪਰੇਚਰ ਹੋ ਗਿਆ, ਅਤੇ ਮੈਂ ਭਾਈ ਮੇਰੇ ਨੇ ਮੈਨੂੰ ਆਪਣੀ ਮਿਸਿਸ ਨਾਲ ਅਤੇ ਡਰਾਈਵਰ ਨਾਲ ਡਾਕਟਰ ਕੋਲ ਭੇਜਿਆ। ਉਹ ਜਦੋਂ ਰਿਸੈਪਸ਼ਨ 'ਤੇ ਗਏ, ਉਹਨਾਂ ਨੇ BP ਚੈੱਕ ਕੀਤਾ ਮੇਰਾ, ਮੁੜ ਕੇ ਉਸ ਕੁੜੀ ਨੇ ਵਿਚਾਰੀ ਨੇ ਲਿਆ ਕੇ ਮੈਨੂੰ ਥਰਮਾਮੀਟਰ ਫੜਾਇਆ, ਅਤੇ ਮੈਂ ਉਹਦੇ ਹੱਥ 'ਚ ਫੜ ਕੇ ਤਾਂ ਫਟਾਫਟ ਨਾ ਆਪਣੇ ਮੂੰਹ 'ਚ ਰੱਖ ਲਿਆ। ਇਹ ਗੱਲ ਮੈਂ ਜਦੋਂ ਵੀ ਯਾਦ ਕਰਨੀ ਆ ਮੈਨੂੰ ਬੜਾ ਹੀ ਹਾਸਾ ਆਉਂਦਾ। ਹੈਲੋ, ਟੀ ਵੱਜ ਗਈ ਹੈ, ਅੱਲਾ ਖੈਰ ਕਰੇ ਹੁਣ। ਅਤੇ ਮੈਂ ਰੱਖ ਲਿਆ ਆਪਣੇ ਮੂੰਹ ਦੇ ਵਿੱਚ, ਉਹ ਮੈਨੂੰ ਕਹਿੰਦੀ ਹੈ ਆਏ ਹਾਏ। ਇਹ ਵੇਖੋ ਜੀ, 96.4 ਅੱਗੇ ਲਿਖਿਆ ਫੀਵਰ। ਇੰਨਾ ਬੁਖਾਰ ਮੈਨੂੰ ਰੋਜ਼ ਆਉਂਦਾ ਵੇ, ਔਰ ਮੈਨੂੰ ਆਪ ਨੂੰ ਵੀ ਪਤਾ ਲੱਗਦਾ ਕਿ ਮੈਨੂੰ ਨਾ ਬੁਖਾਰ ਹੈ। ਪਤਾ ਨਹੀਂ ਹੁਣ ਅੱਲਾ ਬਿਹਤਰ ਜਾਣਦਾ ਕੀ, ਅੱਲਾ ਦੀ ਜ਼ਾਤ ਖੈਰ ਕਰੇ। ਅੱਲਾ ਸਭ ਨੂੰ ਸ਼ਫਾ ਦੇ, ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇ। ਜਾਨ ਹੈ ਤੋ ਜਹਾਨ ਹੈ, ਸਿਹਤ ਹੈ ਤੋ ਜ਼ਿੰਦਗੀ ਹੈ। ਵਾਕਈ ਵੈਸੇ ਮੈਂ ਗੱਲ ਨੋਟ ਕੀਤੀ ਹੈ ਕਿ ਜਦੋਂ ਸਾਡੇ 'ਚ ਹਿੰਮਤ ਸੀ ਨਾ, ਪਤਾ ਹੀ ਨਹੀਂ ਸੀ ਹੁੰਦਾ ਕਿ ਕੀ ਹੋ ਰਿਹਾ ਅਤੇ ਕੀ ਨਹੀਂ ਹੋ ਰਿਹਾ। ਹੁਣ ਤਾਂ ਜਿਹੜਾ ਨਾ ਉਹ ਬਸ ਜ਼ਿੰਦਗੀ ਇੰਜ ਦੀ ਹੋ ਗਈ ਹੈ ਕਿ ਬੰਦਾ ਜਿਹੜਾ ਉਹ ਸਮਝ ਨਹੀਂ, ਸੰਭਲ ਹੀ ਨਹੀਂ ਪਾ ਰਿਹਾ ਕਿ ਕੀ ਹੈ ਅਤੇ ਕੀ ਨਹੀਂ। ਅੱਛਾ, ਉਹ ਮੈਂ ਨਾ ਉਸ ਕੁੜੀ ਵਿਚਾਰੀ ਨੇ ਮੈਨੂੰ ਫੜਾਇਆ, ਅਤੇ ਮੈਂ ਕੀ ਕਰਤੂਤ ਕੀਤੀ, ਮੈਂ ਫਟਾਫਟ ਫੜ ਕੇ ਤਾਂ ਮੂੰਹ 'ਚ ਰੱਖ ਲਿਆ। ਅੱਛਾ, ਉਹਨੇ ਮੈਨੂੰ ਕਿਹਾ ਆਏ ਹਾਏ, ਆਪ ਹੀ ਮੈਨੇ ਤੋ ਆਪਕੋ ਕਹਾ ਥਾ ਅੰਡਰ ਆਰਮ ਮੇ ਰੱਖਨੇ ਕੇ ਲੀਏ, ਯੇ ਤੋ ਪੇਸ਼ੈਂਟ ਸਾਰੇ ਜਿਤਨੇ ਅੰਡਰ ਆਰਮ ਮੇ, ਮੇਰਾ ਤਾਂ ਦਿਲ ਖਰਾਬ ਹੋਵੇ, ਦਿਲ ਕਰੇ ਹੁਣੇ ਹੀ ਇੱਥੇ ਉਲਟੀ ਕਰਦਾ, ਮੈਂ ਕਿਹੜੀ ਕਰਤੂਤ ਘੋਲੀ। ਮੈਂ ਉਹਦੀ ਹੱਸ ਹੱਸ ਕੇ ਭਰਜਾਈ, ਮੇਰੀ ਦਾ ਵੀ ਬੁਰਾ ਹਾਲ ਕਿ ਬਾਜੀ ਨੇ ਕਿਹੜੀ ਕਰਤੂਤ ਕੀਤੀ ਹੈ, ਅਤੇ ਆਪ ਨੂੰ ਵੀ ਮੈਨੂੰ ਹਾਸਾ ਆਵੇ, ਮੇਰਾ ਦਿਲ ਵੀ ਖਰਾਬ ਹੋਵੇ, ਅਤੇ ਬਾਜੀ ਜਾਨ ਮੇਰੇ ਜਿਹੜੇ ਨਾ ਬਾਈ ਸ਼ਾਜ਼ੀਆ ਉਹ ਮੈਨੂੰ ਖਿਡਾਉਣਾਉਂਦੇ ਹੈਗੇ ਸਨ, ਅਤੇ ਉਹਨਾਂ ਨੂੰ ਫਿਰ ਮੈਂ ਫੋਨ 'ਤੇ ਪੁੱਛਿਆ, ਮੈਂ ਕਿਹਾ ਇਹ ਨਾ ਹੋਵੇ ਇਹ ਅੰਡਰ ਆਰਮ ਰੱਖਣਾ ਹੋਵੇ ਅਤੇ ਮੂੰਹ 'ਚ ਰੱਖ ਕੇ ਬੈਠੀ ਹਾਂ,
ਉਹੀ ਗੱਲ ਹੋਈ, ਚੰਗਾ ਕੀਤਾ ਪੁੱਛ ਰਿਹਾ ਕਿਉਂਕਿ ਮੈਨੂੰ ਭੁੱਲ ਗਿਆ ਸੀ। ਅਤੇ ਬਾਜੀ ਨੇ ਮੈਨੂੰ ਕਿਹਾ ਕਿ ਨਹੀਂ ਇਹਨੂੰ ਜਿਹੜਾ ਨਾ ਰੱਖਣਾ ਮੈਂ ਅੰਡਰ ਆਰਮ ਅਤੇ ਇਸ ਤਰ੍ਹਾਂ ਚੈੱਕ ਕਰਨਾ। ਮੈਂ ਕਿਹਾ ਜੀ ਠੀਕ ਹੋ ਗਿਆ। ਮੈਂ ਕਿਹਾ ਪੁੱਛੀ ਗੱਲ ਚੰਗੀ ਹੁੰਦੀ ਹੈ, ਮੁੜ ਕੇ ਕਿਧਰੇ ਹੋਰ ਹੀ ਨਾ ਅਸੀਂ ਭੌਰੀਆਂ ਮਾਰਦੇ ਫਿਰੀਏ, ਕੁਛ ਦਾ ਕੁਛ ਬਣਾ ਲਈਏ। ਅਤੇ ਜਨਾਬ ਇਹ ਕਿੱਸਾ ਅਤੇ ਇਹ ਕਹਾਣੀ ਹੈ। ਅਤੇ ਉਹੀ ਨਾ ਕਿ ਜਿਵੇਂ ਬੁਖਾਰ ਜਿਹਾ ਗਲਾ ਬੇਹੱਦ ਖਰਾਬ ਜਿਹੜਾ ਨਾ ਉਹ ਹੋਇਆ, ਪਤਾ ਨਹੀਂ ਹੁਣ ਗਲੇ ਦਾ ਇਨਫੈਕਸ਼ਨ ਹੈ ਜਾਂ ਕੀ ਹੈ। ਠੀਕ ਹੈ, ਅਤੇ ਇਨਸ਼ਾਅੱਲਾ ਜੀ ਗੱਲਾਂ ਬਾਤਾਂ ਹੋ ਗਈਆਂ ਤੁਹਾਡੇ ਸਾਰਿਆਂ ਦੇ ਨਾਲ, ਅਤੇ ਟਾਈਮ ਮੇਰਾ ਬੜਾ ਸੋਹਣਾ ਗੁਜ਼ਰ ਜਾਂਦਾ। ਮੈਨੂੰ ਵੀ ਇੰਤਜ਼ਾਰ ਹੁੰਦਾ ਕਿ ਕਿਹੜਾ ਵੇਲਾ ਹੋਏਗਾ, ਕਿਹੜੇ ਵੇਲੇ ਮੈਂ ਤੁਹਾਨੂੰ ਜਿਹੜਾ ਵੀ ਉਹ ਮੈਸੇਜ ਕਰਾਂਗੀ, ਤੁਹਾਡੇ ਨਾਲ ਮੇਰੀ ਗੱਲਬਾਤ ਹੋਏਗੀ, ਤੁਹਾਨੂੰ ਵੀਡੀਓ ਬਣਾ ਕੇ ਭੇਜਾਂਗੀ, ਤੁਹਾਡੇ ਸੋਹਣੇ ਸੋਹਣੇ ਮੈਸੇਜ ਆਉਣਗੇ। ਅਤੇ ਸ਼ੁਕਰ ਮੇਰੇ ਮਾਲਕ ਦਾ ਕਿ ਮੈਸੇਜ ਮੈਂ ਤੁਹਾਡੇ ਪੜ੍ਹਨ ਲੱਗ ਗਈ ਹਾਂ। ਠੀਕ ਹੈ, ਥੋੜ੍ਹਾ ਜ਼ੋਰ ਹਜੇ ਲੱਗਦਾ ਹੈ, ਮਗਰ ਸ਼ੁਕਰ ਮੇਰੇ ਮਾਲਕ ਦਾ ਕਿ ਮੈਂ ਮੈਸੇਜ ਪੜ੍ਹ ਰਹੀ ਹਾਂ। ਅਤੇ ਇਹ ਦੇਖੋ ਜਨਾਬ, ਇਹ ਵਾਲਾ ਹੈਂਡਬੈਗ ਤੁਹਾਨੂੰ ਇੱਥੇ ਪਿਆ ਨਜ਼ਰ ਆ ਰਿਹਾ ਹੋਣਾ, ਇਹ ਵੀ ਸਾਡੀ ਬਾਜੀ ਜਾਨ ਨੇ ਭੇਜਿਆ। ਇਹ ਹੁਣ ਉਹਨਾਂ ਨੇ ਮੇਰੇ ਵਾਸਤੇ ਭੇਜਿਆ ਸੀ ਈਦ ਤੋਂ ਪਹਿਲਾਂ, ਅਤੇ ਮੈਂ ਕਿਹਾ ਮੈਂ ਇਹ ਵੀ ਤੁਹਾਨੂੰ ਦਿਖਾਵਾਂ। ਅਤੇ ਇਹ ਜੀ ਲਿਵਿਓਨ ਦਾ ਹੈਂਡਬੈਗ ਹੈ, ਇਹ ਵੀ ਮੇਰੀ ਬਾਜੀ ਜਾਨ ਨੇ ਭੇਜਿਆ ਵੇ, ਮੇਰੀ ਕੀ ਤੁਹਾਡੇ ਸਾਰਿਆਂ ਦੀ ਬਾਜੀ ਜਾਨ ਨੇ। ਔਰ ਬਾਜੀ ਵਾਸਤੇ ਬਹੁਤ ਸਾਰੀ ਦੁਆ ਕਰਿਆ ਕਰੋ, ਇਹੋ ਜਿਹੇ ਲੋਕ ਤੁਹਾਡੀ ਜ਼ਿੰਦਗੀ 'ਚ ਬੜੀ ਖੁਸ਼ਕਿਸਮਤੀ ਨਾਲ ਆਉਂਦੇ ਨੇ। ਠੀਕ ਹੈ ਜੀ, ਅਤੇ ਇਹਦੇ ਨਾਲ ਹੀ ਮੈਨੂੰ ਦਿਓ ਤੁਸੀਂ ਸਾਰੇ ਇਜਾਜ਼ਤ। ਠੀਕ ਹੈ, ਅਤੇ ਆਖਰ 'ਤੇ ਤੁਹਾਡੇ ਸਾਰਿਆਂ ਵਾਸਤੇ ਮੈਂ ਕੀ ਕਹਾਂ, ਲਗ ਜਾ ਗਲੇ ਕਿ ਫਿਰ ਯੇ ਹਸੀ ਰਾਤ ਹੋ ਨਾ ਹੋ, ਸ਼ਾਇਦ ਫਿਰ ਇਸ ਜਨਮ ਮੇ ਮੁਲਾਕਾਤ ਹੋ ਨਾ ਹੋ, ਲਗ ਜਾ ਗਲੇ। ਇਹਦੇ ਨਾਲ ਮੈਨੂੰ ਦੇ ਦਿਓ ਤੁਸੀਂ ਸਾਰੇ ਇਜਾਜ਼ਤ। ਜ਼ਿੰਦਗੀ ਰਹੀ ਤੋਂ ਫਿਰ ਮਿਲੇਂਗੇ, ਦਿਲ ਨਾ ਕਰਨਾ ਥੋੜ੍ਹਾ। ਮੈਂ ਕਿਹਾ ਜਾਂਦਿਆਂ ਜਾਂਦਿਆਂ ਤੁਹਾਨੂੰ ਆਪਣੀ ਸਾਈਕਲ ਵੀ ਵਿਖਾਉਂਦੀ ਜਾਵਾਂ, ਜਦੋਂ ਠੀਕ ਹੋਵਾਂਗੀ ਨਾ ਇੱਥੇ ਸਾਈਕਲ 'ਤੇ ਬਹਿ ਕੇ ਤੁਹਾਨੂੰ ਮਿਲਣ ਆਵਾਂਗੀ। ਠੀਕ ਹੈ, ਲਵ ਯੂ ਆਲ ਮੇਰੇ ਸੋਹਣੇ ਸੋਹਣੇ ਭੈਣ ਭਰਾਓ, ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਕੋਸ਼ਿਸ਼ ਕਰਿਆ ਕਰੋ ਕਿ ਲੋਕਾਂ ਦੀ ਦਿਲ ਆਜ਼ਾਰੀ ਨਾ ਕਰੀਏ, ਕਿਸੇ ਨੂੰ ਜਿੰਨੀ ਵੀ ਖੁਸ਼ੀ ਦੇ ਸਕੀਏ ਜ਼ਰੂਰ ਦੇਈਏ। ਇਜਾਜ਼ਤ ਦਿਓ ਜੀ, ਅੱਲਾ ਹਾਫਿਜ਼।